ਕਿਉਂਕਿ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ, ਆਪਦੇ ਹਾਲਾਤਾਂ ਨਾਲ ਲੜਿਆ ਅਤੇ ਪਰਿਵਾਰ ਨੇ ਵੀ ਜਿੰਨਾ ਵਾਹ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ, ਜਿਵੇਂ ਦੱਸਿਆ ਨਾ ਗੁਰਪ੍ਰੀਤ ਸਿੰਘ ਜੀ ਨੇ, ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਹੈ ਅਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਲਈ ਬੱਚਾ ਐਲੀਜੀਬਲ ਹੋ ਗਿਆ ਸੀ, ਪਰ ਕੁਦਰਤ ਦੀ ਜਿਹੜੀ ਦਾਅ ਨਹੀਂ ਲਈ ਜਾ ਸਕੀ। ਬੇਟੀ ਬਾਰੇ ਵੀਰ ਜੀ, ਇੱਦਣ ਫੋਨ ਆਇਆ ਸੀ, ਉਹਦਾ ਕਾਨਫਰੰਸ 'ਤੇ ਲਾ ਰਹੀ ਸੀ ਸਾਨੂੰ, ਅਸੀਂ ਔਨਲਾਈਨ ਨਹੀਂ ਦੇ ਹੈਗੇ ਜੀ, ਨਾ ਮੇਰਾ ਫੋਨ ਆਉਣ, ਰਿਸ਼ਤੇਦਾਰੀ 'ਚ ਫੋਨ ਆ ਰਿਹਾ ਸੀ ਜੀ ਉਹਦਾ। ਉਹ ਮੁੰਡੇ ਨੇ ਜਦ ਕਿਚਨ 'ਚ ਖਾਣਾ ਬਣਾਉਣ ਗਈ ਜੀ, ਉਹ ਡਿੱਗ ਪਈ ਇੱਕ ਲੱਖ ਤੋਂ, ਉੱਧਰੋਂ ਆਵਾਜ਼ ਆਈ ਵੀ ਕੁੜੀ ਡਿੱਗ ਪਈ, ਕੁੜੀ ਡਿੱਗ ਪਈ ਜੀ। ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ, ਕਹਿੰਦਾ ਅੰਕਲ ਜੀ ਵੀ ਨਵਦੀਪ ਡਿੱਗੀ, ਤੁਹਾਨੂੰ ਪਤਾ? ਮੈਂ ਕਿਹਾ ਰਾਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ। ਉਦੋਂ ਬਾਅਦ 'ਚ ਜੀ ਅਸੀਂ ਫੋਨ ਲਾਇਆ, ਉਹਨਾਂ ਨੇ ਘਰ ਵਾਲੇ ਨੇ ਚੱਕਿਆ, ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਆ ਨਵਦੀਪ, ਵੀ ਉਹਨੂੰ ਹੋਸਪਿਟਲ ਲੈ ਕੇ ਚਲੇ ਗਏ ਜੀ। ਉਹ ਤੋਂ ਬਾਅਦ 'ਚ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ, ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਊਡ ਸੀ ਜੀ, ਇੱਕ ਵੀ ਗੁਰਦੇ 'ਚ ਕਲਾਊਡ ਚਲਿਆ ਗਿਆ, ਵੀ ਉਹਦੇ ਕਰਕੇ ਜੀ ਜਿਹੜੀ ਹਾਰਟ ਬੀਟ ਆ 3 ਵਾਰ ਰੁਕ ਚੁੱਕੀ ਹੈ ਜੀ। ਦਸੰਬਰ ਨੂੰ ਦੀ ਫਲਾਈਟ ਸੀ ਇਹਦੀ, ਸਟੱਡੀ ਕਰਨ ਗਈ ਸੀ ਜੀ, ਇਹਦੀ ਸਟੱਡੀ ਕੰਪਲੀਟ ਹੋ ਗਈ ਤੀ ਜੀ, ਲਾਸਟ ਸਮੈਸਟਰ ਰਹਿੰਦਾ ਤੀ, ਉਹ ਪੂਰਾ ਹੋ ਗਿਆ ਤੀ, ਹੁਣੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ। ਉਹਤੋਂ ਬਾਅਦ 'ਚ ਜਦੇ ਬਿਮਾਰ ਹੋ ਗਈ ਜੀ, ਪ੍ਰੋਪਰਟੀ ਤੀ ਜੀ ਉਹ ਵੇਚੀ ਤੀ ਅਸੀਂ ਨੇ, ਫਿਰ ਉਹ ਤੋਂ ਬਾਅਦ 'ਚ ਜਿਹੜੀ ਅਸੀਂ ਦੂਜੇ ਸਮੈਸਟਰ ਦੀ ਫੀਸ ਭੇਜੀ, ਉਹ ਫਿਰ ਅਸੀਂ 5 ਲੱਖ ਦਾ ਲੋਨ ਲਿਆ ਤੀ ਜੀ। ਵੈਸੇ ਤਾਂ ਜੀ ਸੋਚ ਰਹੀ ਤੀ, ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈ ਹੈ, ਤੂੰ ਸਟੱਡੀ ਕਰ, ਅਸੀਂ ਤੇਰੇ ਹੀ ਅਸੀਂ ਹੱਲ ਕਰਨੇ ਨੇ, ਅਸੀਂ ਕਿਵੇਂ ਮਰਜ਼ੀ ਕਰੀਏ, ਵੀ ਤੂੰ ਇਹ ਚੀਜ਼ ਨਾ ਸੋਚ, ਵੀ ਤੂੰ ਅਸੀਂ ਸਟੱਡੀ ਕਰਦੀ ਹਾਂ, ਸਟੱਡੀ ਕਰ। ਭਾਗ ਹੈ ਜੀ ਪਰਿਵਾਰ ਦੇ ਲਈ ਵੀ, ਸਾਡੇ ਨਗਰ ਦੇ ਲਈ ਵੀ, ਕਿਉਂਕਿ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ, ਆਪਦੇ ਹਾਲਾਤਾਂ ਨਾਲ ਲੜਿਆ ਅਤੇ ਪਰਿਵਾਰ ਨੇ ਵੀ ਜਿੰਨਾ ਵਾਹ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ, ਜਿਵੇਂ ਦੱਸਿਆ ਨਾ ਗੁਰਪ੍ਰੀਤ ਸਿੰਘ ਜੀ ਨੇ, ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਹੈ ਅਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਲਈ ਬੱਚਾ ਐਲੀਜੀਬਲ ਹੋ ਗਿਆ ਸੀ, ਪਰ ਕੁਦਰਤ ਦੀ ਜਿਹੜੀ ਦਾਅ ਨਹੀਂ ਲਈ ਜਾ ਸਕੀ। ਇਹ ਕਿਉਂਕਿ ਹੁਣ ਅੱਜ ਉਸ ਬੱਚੇ ਨੇ ਪਰਿਵਾਰ ਦਾ ਸਹਾਰਾ ਬਣਨਾ ਸੀ, ਪਰਿਵਾਰ ਨੇ ਆਪਣਾ ਸਭ ਕੁਛ ਇਸ ਵਾਸਤੇ ਕਿ ਬੱਚਾ ਇਹਦੇ ਚੰਗੇ ਭਵਿੱਖ ਲਈ, ਅਤੇ ਜਿਹੜਾ ਇੱਕ ਬੱਚੀ ਹੋਰ ਵੀ ਆ ਛੋਟੀ ਏਜ ਤੋਂ, ਵੀ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਦੇ ਵੀ ਬੁਢਾਪੇ ਦਾ ਸਹਾਰਾ ਬਣੂਗਾ। ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਬਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ, ਪਰ ਜਿਹੜੇ ਇਹ ਮੰਦਭਾਗੀ ਘਟਨਾ ਨੇ, ਪਰਿਵਾਰ ਤਾਂ ਝੰਜੋੜ ਕੇ ਰੱਖਿਆ, ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਦੁੱਖ ਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਅਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ NRI ਡਿਪਾਰਟਮੈਂਟ ਇੰਡੀਆ ਦਾ ਜਿਹੜਾ, ਜਾਂ ਸਾਡੀ ਪੰਜਾਬ ਸਰਕਾਰ ਹੈ, ਕਿ
ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਹਾਂ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ, ਇਹ ਤਾਂ ਹੁਣ ਬੱਚੇ 'ਤੇ ਸਾਰਾ ਕੁਛ ਲਾਈ ਬੈਠੇ ਆ, ਅਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਇਹ ਪੂਰੀ ਬਾਹ ਲਾਈ ਹੈ, ਅਤੇ ਹੁਣ ਪਰਿਵਾਰ ਬੇਵਸ ਹੈ। ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਭਾਈਚਾਰੇ ਨੂੰ, ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਭਵਿੱਖ ਵੀ ਸੁਰੱਖਿਅਤ ਹੋਵੇ, ਅਤੇ ਇਹਨਾਂ ਦਾ ਬੜੇ ਪਏ ਦੀ ਜਿਹੜੀ ਡੰਗੋਰੀ ਹੈ ਉਹ ਵੀ ਕੋਈ ਥੋੜ੍ਹੀ ਬਹੁਤੀ ਚੱਲਦੀ ਰਹਿ ਜਾਵੇ।